ਪਿੰਡ ਤੋਂ ਸ਼ਹਿਰ ਦਾ ਸਫ਼ਰ ਕਿੱਦਾਂ ਦਾ ਸੀ? ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ, ਜਦੋਂ ਹੋਸ਼ ਸੰਭਾਲੀ, ਕਹਿੰਦੇ ਨੇ ਕਿ ਬੜੀ ਮਿਹਨਤ ਅਤੇ ਲਗਨ ਦੇ ਨਾਲ ਇੱਥੇ ਤੱਕ ਪਹੁੰਚੋ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੰਦਾ ਕਿਤੇ ਵੀ ਜਾਵੜੇ, ਦੁਨੀਆ ਦੇ ਕਿਸੇ ਕੋਨੇ 'ਚ ਜਾਵੜੇ ਜੀ, ਮਤਲਬ ਆਪਦਾ ਪਿੰਡ ਛੱਡ ਕੇ ਸ਼ਹਿਰ 'ਚ ਜਾਵੇ, ਸ਼ਹਿਰ ਛੱਡ ਕੇ ਕਿਤੇ ਵਿਦੇਸ਼ 'ਚ ਜਾਵੇ, ਹੈ ਨਾ, ਉਹ ਬੰਦੇ ਦੇ ਮਿਹਨਤ ਹੀ ਕੰਮ ਆਉਂਦੀ ਹੈ। ਜੜੋ ਸਾਹਿਬ, ਇੱਕ ਸਧਾਰਨ ਪਰਿਵਾਰ ਤੋਂ ਸ਼ੁਰੂ ਹੋ ਕੇ ਸਿੱਖਿਆ ਤੁਸੀਂ ਹਾਸਲ ਕੀਤੀ, ਗੁਰੂਆਂ ਤੋਂ ਜਿਹੜੀ ਸਿੱਖਿਆ ਲਈ ਉਹ ਅੱਜ ਸਟੂਡੈਂਟਸ ਨੂੰ ਵੰਡ ਰਹੇ ਹੋ, ਪਰ ਕਿਵੇਂ ਸੀ? ਚੈਲੇਂਜਸ ਬਹੁਤ ਹੁੰਦੇ ਨੇ ਕਿਉਂਕਿ ਕਹਿੰਦੇ ਨੇ ਸਟਰਗਲ ਤੋਂ ਬਿਨਾਂ ਪਰਸਨੈਲਿਟੀ ਜਿਹੜੀ ਨਹੀਂ ਬਣਦੀ, ਕਾਮਯਾਬੀ ਨਹੀਂ ਬਣਦੀ। ਤੁਸੀਂ ਇੱਕ ਬੈਂਕ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ, ਸਕੂਲੀ ਸਿੱਖਿਆ ਦੇ ਦੌਰਾਨ ਬੈਂਕ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ, ਨਾਲ ਨਾਲ ਪੜ੍ਹਾਈ, ਨਾਲ ਨਾਲ ਕੰਮ, ਉਹ ਵੀ ਦਰਸ਼ਕਾਂ ਨੂੰ ਦੱਸੋ ਕਿ ਕਿੱਦਾਂ ਉਸ ਚੀਜ਼ ਨੂੰ ਮੈਨੇਜ ਕੀਤਾ। ਉਹ ਮੈਨੂੰ ਕਹਿੰਦੇ ਯਾਰ ਵੀ ਤੂੰ ਦਸਵੀਂ ਤੋਂ ਬਾਅਦ ਜਦੋਂ ਪੇਪਰ ਦੇ ਤੇ ਅਤੇ ਰਿਜ਼ਲਟ ਆਉਣ ਤੱਕ ਕਾਫੀ ਟਾਈਮ ਹੋਊਗਾ, ਤੂੰ ਇੱਥੇ ਬੈਂਕ 'ਚ ਆ ਜਾ ਕਰ ਸਾਡੇ ਕੋਲ। ਉਹਨਾਂ ਨੇ ਮੈਨੂੰ ਬੈਂਕ ਦੇ ਵਿੱਚ ਦਫ਼ਤਰੀ ਦੇ ਰੂਪ ਦੇ ਵਿੱਚ ਕੰਮ ਉੱਥੇ ਦੇ ਤਾ, ਵੀ ਰਜਿਸਟਰ ਚੱਕਣੇ ਆ, ਉੱਧਰ ਰੱਖਣੇ ਆ। ਉਦੋਂ ਵੋਚਰਾਂ 'ਤੇ ਕੰਮ ਦਾ ਹੀ ਕੰਪਿਊਟਰ ਹੁੰਦੇ ਨਹੀਂ ਸੀਗੇ, ਮਤਲਬ ਕੈਸ਼ੀਅਰ ਤੋਂ ਰਜਿਸਟਰ ਚੱਕ ਕੇ ਉੱਧਰ ਰੱਖ ਦੇਣਾ, ਉੱਥੋਂ ਚੱਕ ਕੇ ਉਹ ਦੂਜੇ ਪਾਸੇ ਰੱਖ ਦੇਣਾ, ਮਤਲਬ ਇਹੋ ਜਿਹਾ ਕੰਮ ਬਹੁਤ ਜ਼ਿਆਦਾ ਉਦੋਂ ਹੁੰਦਾ ਸੀਗਾ ਬੈਂਕਾਂ ਦੇ ਵਿੱਚ ਪੇਪਰ ਵਰਕ। ਅਤੇ ਮੈਂ ਉਹ ਦੋ ਤਿੰਨ 2.5 ਮਹੀਨੇ ਮੈਨੂੰ ਲੱਗਦਾ ਉਹ ਮਤਲਬ ਕੀਤਾ ਕੰਮ, ਤਨਖਾਹ ਵੀ ਦਿੱਤੀ, ਮੇਰਾ ਔਨ ਰੋਲ ਸੀਗਾ ਜੀ। ਪਰ ਜਦੋਂ ਮੇਰਾ ਰਿਜ਼ਲਟ ਆਇਆ ਤਾਂ ਮੈਂ ਫਿਰ ਉਸ ਇਲਾਕੇ ਦੇ ਵਿੱਚੋਂ ਫਸਟ ਆਇਆ ਸੀਗਾ। ਫਿਰ ਮੈਨੂੰ ਬੈਂਕ ਮੈਨੇਜਰ ਸੀ ਜਿਹੜੇ ਸਰਦਾਰ ਹਰਬੰਸ ਸਿੰਘ ਮਾਨ, ਮੈਂ ਤਾਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਮੈਨੂੰ ਹੁਣ ਤੁਸੀਂ ਇੱਥੇ ਹੀ ਪੱਕਾ ਕਰ ਦਿਓ, ਚਲੋ ਜੇ ਇਹ ਨੌਕਰੀ, ਕਿਉਂਕਿ ਆਰਥਿਕ ਲੋੜਾਂ ਵੀ ਹੁੰਦੀਆਂ ਘਰਾਂ ਦੀਆਂ, ਬਿਲਕੁਲ ਵੀ ਐਂ ਸੀਗਾ ਵੀ ਪੜ੍ਹਿਆ ਤਾਂ ਜਾਣਾ ਨੀਗਾ। ਫਿਰ ਪਰ ਮੈਨੂੰ ਉਹਨਾਂ ਨੇ ਬਹੁਤ ਸਮਝਾਇਆ, ਮੈਨੂੰ ਕਹਿੰਦੇ ਵੀ ਤੂੰ ਨਾ, ਤੇਰੇ ਨੰਬਰ ਬਹੁਤ ਅੱਛੇ ਆ 10ਵੀਂ ਦੇ ਵਿੱਚੋਂ, ਅਤੇ ਤੂੰ ਕੋਈ ਨਾ ਕੋਈ ਚੰਗੀ ਪੜ੍ਹਾਈ ਕਰ ਲਾ, ਅਤੇ ਕੋਈ ਨਹੀਂ ਅਸੀਂ ਤੇਰੇ ਨਾਲ। ਫਿਰ ਉਹਨਾਂ ਨੇ ਮੈਨੂੰ ਜਿਹੜੀ ਉਹ 2.5 ਮਹੀਨਿਆਂ ਦੀ ਸੀਗੀ ਉਹ ਤਨਖਾਹ ਦੇ ਕੇ ਅਤੇ ਮੈਨੂੰ ਫਿਰ ਉੱਥੋਂ ਬੈਂਕ ਦੇ ਵਿੱਚੋਂ ਫਾਰ ਕਰਤਾ। ਫਿਰ ਮੈਂ ਜਾ ਕੇ ਸਾਡੇ ਪੱਤੋ ਹੀਰਾ ਸਿੰਘ ਨਾਲ ਹੀ ਸਕੂਲ ਹੈ, ਸੀਨੀਅਰ ਸੈਕੰਡਰੀ ਸਕੂਲ ਸੀਗਾ, ਉੱਥੇ ਮੈਂ ਜਾ ਕੇ ਦਾਖਲਾ ਲੈ ਕੇ ਅਤੇ ਮੈਂ ਪੜ੍ਹਾਈ ਸ਼ੁਰੂ ਕਰਤੀ ਅੱਗੇ। ਅਤੇ ਉਹਨਾਂ ਦਾ ਥਾਪੜਾ, ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਕਰਮ ਸਿੰਘ ਦਾ ਥਾਪੜਾ, ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਸੀ ਮੇਰੀ ਕਿਤਾਬ ਦੇ ਵਿੱਚ ਵੀ ਆ, ਕਿ ਉਹ ਫਿਰ ਥਾਪੜਾ ਹੀ ਮੈਨੂੰ ਅੱਗੇ ਜਿਹੜਾ ਹੈਗਾ ਹੱਲਾ ਸ਼ੇਰੀ ਦਿੱਤਾ ਗਿਆ, ਅਤੇ ਮੈਂ ਫਿਰ BSc ਵੀ ਕਰ ਗਿਆ, MSc ਵੀ ਕਰ ਗਿਆ, PhD ਵੀ ਕਰ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ। ਸਿਆਣੇ ਅਕਸਰ ਇਹ ਗੱਲ ਆਖਦੇ ਨੇ ਕਿ ਜਦੋਂ ਇਨਸਾਨ ਸਬਰ ਅਤੇ ਸ਼ੁਕਰ ਦੇ ਨਾਲ ਮਿਹਨਤ ਕਰਦਾ ਰਹੇ ਤਾਂ ਇੱਕ ਦਿਨ ਪਰਮਾਤਮਾ ਜ਼ਰੂਰ ਉਸਨੂੰ ਭਾਗ ਲਗਾਉਂਦਾ, ਔਰ ਕਿਤੇ ਨਾ ਕਿਤੇ ਜਿਹੜੀ ਮੰਜ਼ਿਲ ਹੁੰਦੀ ਹੈ ਉਹ ਆਸਾਨੀ ਦੇ ਨਾਲ ਸਰ ਵੀ ਕਰ ਲੈਂਦਾ। ਔਰ ਦੂਸਰੇ ਪਾਸੇ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਆਪਣੀ ਕਾਬਲੀਅਤ ਦੇ ਵਿੱਚ ਵਾਧਾ ਕਰਨ ਦੇ ਲਈ ਕੁਝ ਨਾ ਕੁਝ ਇਨਸਾਨ ਨੂੰ ਸਿੱਖਦੇ ਰਹਿਣਾ ਚਾਹੀਦਾ, ਕਿਉਂਕਿ ਸਿੱਖਣ ਦੇ ਨਾਲ ਜਿੱਥੇ ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਔਰ ਉਸ ਦੇ ਨਾਲ ਨਾਲ ਸਾਡੀ ਪਰਸਨੈਲਿਟੀ ਵੀ ਜਿਹੜੀ ਆ ਉਹ ਡਿਵੈਲਪ ਹੁੰਦੀ ਹੈ। ਸੋ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਨੂੰ ਆਪ ਸਭ ਦੇ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਉੱਤੇ ਬਾਬਾ ਨਜ਼ਮੀ ਦੀਆਂ ਇਹ 17 ਬਾਖੂਬੀ ਢੁੱਕਦੀਆਂ ਨੇ ਕਿ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸੋ ਜਿਸ ਸ਼ਖਸ ਨੂੰ ਅੱਜ ਦਰਸ਼ਕਾਂ ਦੇ ਅਸੀਂ ਰੂਬਰੂ ਕਰਨ ਲੱਗੇ ਹਾਂ ਉਹ ਇੱਕ ਮਿਸਾਲ ਨੇ ਨੌਜਵਾਨਾਂ ਦੇ ਲਈ ਜਿਨ੍ਹਾਂ ਨੇ ਆਮ ਸਧਾਰਨ ਪਰਿਵਾਰ ਦੇ ਵਿੱਚੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ, ਕਿਰਤੀ ਹੋਣ ਦਾ ਵੀ ਸਬੂਤ ਦਿੱਤਾ ਕਿ ਮਿਹਨਤ ਦੇ ਨਾਲ ਕਿਰਤ ਕਰਕੇ ਅਸੀਂ ਵੱਡੀਆਂ ਵੱਡੀਆਂ ਮੰਜ਼ਿਲਾਂ ਜਿਹੜੀਆਂ ਉਹ ਸਰ ਕਰ ਸਕਦੇ ਹਾਂ। ਸੋ ਸਾਡੇ ਨਾਲ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਡਾਕਟਰ ਨਿਰਮਲ ਜੌੜਾ ਜੀ ਮੌਜੂਦ ਨੇ, ਜੋ ਕਿ
ਸਟੂਡੈਂਟਸ ਵੈਲਫੇਅਰ ਦੇ ਡਾਇਰੈਕਟਰ ਨੇ, ਸੋ ਉਹਨਾਂ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਇਹ ਮੰਜ਼ਿਲ ਜਿਹੜੀ ਆ ਹਾਸਲ ਕੀਤੀ ਆ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਵਿਸ਼ੇਸ਼ ਤੌਰ 'ਤੇ ਉਹਨਾਂ ਦੀ ਜੀਵਨ ਦੇ ਝਾਤ ਪਾਵਾਂਗੇ, ਕਿਉਂਕਿ ਅਜਿਹੀ ਜਿਹੜੀ ਸ਼ਖਸੀਅਤ ਆ ਕਿਤੇ ਨਾ ਕਿਤੇ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਵੀ ਹੁੰਦੇ ਆ। ਜਿਹੜਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਸਟ ਆਫ ਆਲ। ਬਹੁਤ ਬਹੁਤ ਸ਼ੁਕਰੀਆ। ਜਿਹੜਾ ਸਾਹਿਬ, ਸਭ ਤੋਂ ਪਹਿਲਾਂ ਦੱਸੋ ਕਿ ਪਿੰਡ ਤੋਂ ਸ਼ਹਿਰ ਦਾ ਸਫ਼ਰ ਕਿੱਦਾਂ ਦਾ ਸੀ, ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ, ਜਦੋਂ ਹੋਸ਼ ਸੰਭਾਲੀ, ਕਹਿੰਦੇ ਨੇ ਕਿ ਬੜੀ ਮਿਹਨਤ ਅਤੇ ਲਗਨ ਦੇ ਨਾਲ ਇੱਥੇ ਤੱਕ ਪਹੁੰਚਿਓ, ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੰਦਾ ਕਿਤੇ ਵੀ ਜਾਵੜੇ, ਦੁਨੀਆ ਦੇ ਕਿਸੇ ਕੋਨੇ 'ਚ ਜਾਵੜੇ ਜੀ, ਮਤਲਬ ਆਪਦਾ ਪਿੰਡ ਛੱਡ ਕੇ ਸ਼ਹਿਰ 'ਚ ਜਾਵੇ, ਸ਼ਹਿਰ ਛੱਡ ਕੇ ਕਿਤੇ ਵਿਦੇਸ਼ 'ਚ ਜਾਵੇ, ਹੈ ਨਾ ਜੀ, ਉਹ ਬੰਦੇ ਦੇ ਮਿਹਨਤ ਹੀ ਕੰਮ ਆਉਂਦੀ ਆ ਜੀ। ਮਤਲਬ ਆਪਦੀ ਜਿਹੜੀ ਮਿਹਨਤ ਉਹ ਕਰਕੇ ਆਇਆ ਜਾਂ ਕਰਦਾ ਰਹੇ, ਉਹੀ ਕੰਮ ਆਉਂਦੀ ਆ। ਮੈਂ ਵੀ ਪਿੰਡ ਤਾਂ ਖੈਰ ਮੈਂ ਹਾਲੇ ਵੀ ਨਹੀਂ ਛੱਡਿਆ, ਮੇਰੇ ਵਿੱਚੋਂ ਤਾਂ ਪਿੰਡ ਨਹੀਂ ਗਿਆ, ਮੇਰਾ ਆਪਦਾ ਪਿੰਡ ਆ। ਮੇਰਾ ਪਿੰਡ ਬਿਲਾਸਪੁਰ ਆ, ਮੋਗੇ ਤੋਂ ਬਰਨਾਲੇ ਵਾਲੀ ਸੜਕ 'ਤੇ ਜੀ। ਮਤਲਬ ਉੱਥੇ ਤੱਕ ਮੈਂ 10ਵੀਂ ਜਮਾਤ ਤੱਕ ਉੱਥੇ ਪੜ੍ਹਿਆ, ਫਿਰ ਮੈਂ ਮੇਰੇ ਨਾਲ ਹੀ ਪੱਤੋ ਹੀਰਾ ਸਿੰਘ ਸਕੂਲ ਹੈ ਜੀ, ਉੱਥੇ ਪੜ੍ਹਿਆ, ਫਿਰ ਮੈਂ ਗੌਰਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਤੋਂ BSc ਕੀਤੀ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਮੈਂ ਆ ਗਿਆ, ਇੱਥੋਂ ਮੈਂ MSc ਕੀਤੀ, PhD ਕੀਤੀ। ਜਾਣੀ ਉਹ ਜਿਹੜੀ ਪਿੰਡ ਦੇ ਵਿੱਚ ਇੱਕ ਸੁਭਾਅ ਬਣਿਆ ਸੀ ਜਾਂ ਪਿੰਡ ਦੀ ਜਿਹੜੀ ਗੁੜ੍ਹਤੀ ਸੀ, ਪਿੰਡ ਦਾ ਇੱਕ ਕਲਚਰ ਸੀ ਜੀ, ਉਹ ਹਮੇਸ਼ਾ ਮੇਰੇ ਨਾਲ ਰਿਹਾ ਜੀ। ਕਿਉਂਕਿ ਘਰ ਦੇ ਵਿੱਚ ਵੀ, ਪਿੰਡ ਦੇ ਵਿੱਚ ਵੀ, ਆਂਢ ਗੁਆਂਢ ਵੀ, ਪਿੰਡ ਦੀਆਂ ਸੱਥਾਂ ਦੇ ਵਿੱਚ ਵੀ ਜਦੋਂ ਕਿਸੇ ਨਾਲ ਗੱਲਬਾਤ ਬੰਦਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਦੇ ਜਿਹੜੇ ਵਿਚਾਰ ਆ ਉਹ ਵੀ ਨਾਲ ਦੀ ਨਾਲ ਹੀ ਡਿਵੈਲਪ ਉਵੇਂ ਹੁੰਦੇ ਆ ਜੀ। ਠੀਕ ਹੈ ਨਾ, ਤੁਸੀਂ ਸਿਆਣਿਆਂ ਬੰਦਿਆਂ 'ਚ ਬੈਠੇ ਆ, ਸਿਆਣਿਆਂ ਬੰਦਿਆਂ ਦੀ ਗੱਲ ਸੁਣਦੇ ਹਾਂ, ਤੁਹਾਡੇ ਕੁਛ ਪੱਲੇ ਪੈਂਦਾ, ਹੈ ਨਾ। ਖੇਤਾਂ 'ਚ ਜਾਵੋ, ਗਰਾਊਂਡਾਂ 'ਚ ਜਾਵੋ, ਹੋਰ ਆਸੇ ਪਾਸੇ ਕਿਤੇ ਵਿਆਹ ਸ਼ਾਦੀਆਂ ਦੇ ਵਿੱਚ ਵਿਚਰੋਂ, ਉਹ ਸਾਰਾ ਕੁਛ ਤੁਹਾਨੂੰ ਮਤਲਬ ਕਿ ਉਹ ਇੱਕ ਪ੍ਰੋਸੈਸ ਲਰਨਿੰਗ ਦਾ ਹੀ ਹੁੰਦਾ, ਬੇਸ਼ੱਕ ਉਹ ਕਿਤੇ ਅਚੇਤ ਹੀ ਹੋਵੇ ਜੀ। ਮਤਲਬ ਮੰਨ ਲਓ ਕੋਈ ਬੱਚਾ ਵਿਆਹ ਜਾਂਦਾ, ਹੈ ਨਾ ਜੀ, ਮਤਲਬ ਪਿੰਡ ਦੇ ਵਿੱਚ ਵਿਆਹ ਜਾਂ ਕਿਤੇ ਆਂਢ ਗੁਆਂਢ ਵਿਆਹ ਜਾਂ ਰਿਸ਼ਤੇਦਾਰੀ ਦੇ ਵਿੱਚ ਵਿਆਹ, ਉਹਨੂੰ ਬਹੁਤਾ ਇਸ ਗੱਲ ਸੁਚੇਤ ਪੱਧਰ 'ਤੇ ਨਹੀਂ ਪਤਾ ਹੁੰਦਾ, ਪਰ ਅਚੇਤ ਵਿੱਚ ਉਹਦੇ ਜਿਹੜੀ ਲਰਨਿੰਗ ਕਿਤੇ ਨਾ ਕਿਤੇ ਹੋ ਜਾਂਦੀ ਆ ਵੀ ਬੁੜੀਆਂ ਦੀ ਗੱਲ ਸੁਣ ਲਈ, ਬੰਦਿਆਂ ਦੀ ਗੱਲ ਸੁਣ ਲਈ, ਸਿਆਣਿਆਂ ਦੀ ਗੱਲ ਸੁਣ ਲਈ, ਆਪ ਤੋਂ ਵੱਡਿਆਂ ਦੀ ਗੱਲ ਸੁਣ ਲਈ। ਮੈਂ ਉਹ ਗੱਲਾਂ ਨੂੰ ਬਹੁਤ ਪੱਲੇ ਬੰਨਿਆ ਜ਼ਿੰਦਗੀ ਦੇ ਵਿੱਚ, ਅਤੇ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਕਿ ਉਹ ਪੱਲੇ ਬੰਨੀਆਂ ਗੱਲਾਂ ਜਿਹੜੀਆਂ ਉਹੀ ਮਤਲਬ ਜਿਹੜੀ ਉਹ ਗੱਠੜੀ ਮੇਰੇ ਕੋਲ ਹੈਗੀ ਆ, ਅਤੇ ਉਹ ਬਹੁਤ ਅਮੀਰ ਗੱਠੜੀ ਆ, ਮਤਲਬ ਤੁਹਾਨੂੰ ਕਿਤੇ ਡੋਲਣ ਨਹੀਂ ਦਿੰਦੀ ਜ਼ਿੰਦਗੀ ਦੇ ਵਿੱਚ। ਮੈਨੂੰ ਮੇਰੇ ਤਾਏ ਚਾਚਿਆਂ ਦੀਆਂ ਜਾਂ ਬਜ਼ੁਰਗਾਂ ਦੀਆਂ, ਪਿੰਡ ਦੀਆਂ, ਹੈ ਨਾ, ਸਰਪੰਚ ਸਾਹਿਬ ਸਾਡੇ ਪਿੰਡ ਦੇ ਜਾਂ ਹੋਰ ਪੰਚਾਇਤ ਅਧਿਆਪਕ ਸੀਗੇ ਸਕੂਲ ਦੇ, ਉਹ ਸਾਰਿਆਂ ਦੀਆਂ ਗੱਲਾਂ ਮੈਨੂੰ ਅੱਜ ਵੀ ਉਵੇਂ ਹੂ ਬਹੁ ਯਾਦ ਆ। ਮੈਨੂੰ ਬਹੁਤ ਚਿਰ ਹੋ ਗਿਆ ਪਿੰਡੋਂ ਇੱਥੇ ਆਈ ਨੂੰ, ਪਹਿਲਾਂ ਮੈਂ ਫਰੀਦਕੋਟ ਰਿਹਾ ਜੀ, 4-5 ਸਾਲ ਮੈਂ ਫਰੀਦਕੋਟ ਰਿਹਾ, ਉੱਥੇ ਪੜ੍ਹਿਆ ਮੈਂ, BSc ਕੀਤੀ, ਫਿਰ ਮੈਂ ਇੱਥੇ ਆ ਗਿਆ, ਇੱਥੇ MSc ਕੀਤੀ, PhD ਕੀਤੀ, ਹੁਣ ਮੈਂ ਨੌਕਰੀ ਕਰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਮੈਂ 10 ਸਾਲ ਲਾਏ ਆ ਜੀ। ਪਰ ਮੈਂ ਕਿਤੇ ਵੀ ਇੱਕ ਪਲ ਇਹੋ ਜਿਹਾ ਨੀਗਾ ਵੀ ਮੈਂ ਉਹ ਆਪਣੇ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਨੂੰ ਕਿਤੇ ਵਿਸਾਰਿਆ ਹੋਵੇ ਜਾਂ ਮੇਰੇ ਉਹ ਕਿਤੇ ਕੰਮ ਨਾ ਆਈਆਂ, ਉਹ ਹਮੇਸ਼ਾ ਹੀ ਕੰਮ ਆਈਆਂ ਮੈਂ ਜੀ। ਜੜਾ ਸਾਹਿਬ, ਇੱਕ ਸਧਾਰਨ ਪਰਿਵਾਰ ਤੋਂ ਸ਼ੁਰੂ ਹੋ ਕੇ ਸਿੱਖਿਆ ਤੁਸੀਂ ਹਾਸਲ ਕੀਤੀ, ਗੁਰੂਆਂ ਤੋਂ ਜਿਹੜੀ ਸਿੱਖਿਆ ਲਈ ਉਹ ਅੱਜ ਸਟੂਡੈਂਟਸ ਨੂੰ ਵੰਡ ਰਹੇ ਹੋ, ਪਰ ਕਿਵੇਂ ਸੀ? ਚੈਲੇਂਜਸ ਬਹੁਤ ਹੁੰਦੇ ਨੇ ਕਿਉਂਕਿ ਕਹਿੰਦੇ ਨੇ ਸਟਰਗਲ ਤੋਂ ਬਿਨਾਂ ਪਰਸਨੈਲਿਟੀ ਜਿਹੜੀ ਨਹੀਂ ਬਣਦੀ, ਕਾਮਯਾਬੀ ਨਹੀਂ ਬਣਦੀ। ਤੁਸੀਂ ਇੱਕ ਬੈਂਕ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ, ਸਕੂਲੀ ਸਿੱਖਿਆ ਦੇ ਦੌਰਾਨ ਬੈਂਕ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ, ਨਾਲ ਨਾਲ ਪੜ੍ਹਾਈ, ਨਾਲ ਨਾਲ ਕੰਮ, ਉਹ ਵੀ ਦਰਸ਼ਕਾਂ ਨੂੰ ਦੱਸੋ ਕਿ ਕਿੱਦਾਂ ਉਸ ਚੀਜ਼ ਨੂੰ ਮੈਨੇਜ ਕੀਤਾ, ਕਿਉਂਕਿ ਅੱਜ ਕੱਲ੍ਹ ਤਾਂ ਬੱਚੇ ਕਹਿ ਦਿੰਦੇ ਨੇ ਕਿ +2 ਕਰੋ ਅਤੇ ਬਾਹਰ ਜਾਓ, ਮਾਪਿਆਂ ਨੂੰ ਕਹਿ ਦਿੰਦੇ ਨੇ ਕਿ ਫੀਸਾਂ ਭਰੋ ਔਰ ਸਾਰਾ ਬੋਝ ਮਾਪਿਆਂ 'ਤੇ ਬਣ ਜਾਂਦਾ, ਪਰ ਤੁਸੀਂ ਆਪਣੇ ਆਪ
ਦੇ ਲਈ ਪੜ੍ਹੇ ਹੋ ਔਰ ਪਰਿਵਾਰ ਦੇ ਲਈ ਸਾਰਾ ਕੁਛ ਕੀਤਾ, ਉਹ ਕਿੱਦਾਂ ਸੀ, ਉਸ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਤੁਸੀਂ? ਉਹ ਇਸ ਤਰ੍ਹਾਂ ਸੀ ਕਿ ਜਦੋਂ ਮੈਂ 10ਵੀਂ ਦੇ ਪੇਪਰ ਦਿੱਤੇ ਤਾਂ ਉਦੋਂ ਨਾ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਪੇਪਰਾਂ ਤੋਂ ਬਾਅਦ ਰਿਜ਼ਲਟ ਡਿਕਲੇਅਰ ਕਰਨ ਦੇ ਵਿੱਚ ਕਾਫੀ ਵਕਫਾ ਹੁੰਦਾ ਸੀ ਜੀ, ਮਤਲਬ ਅਤੇ ਮੇਰੀ ਸਾਡੇ ਪੰਜਾਬ ਐਂਡ ਸਿੰਧ ਬੈਂਕ ਸੀ ਪਿੰਡ ਦੇ ਵਿੱਚ, ਮੇਰੀ ਉੱਥੋਂ ਦੇ ਜਿਹੜਾ ਸਟਾਫ ਸੀਗਾ ਉਹਦੇ ਨਾਲ ਮੇਰੀ ਇਸ ਕਰਕੇ ਆਉਣੀ ਜਾਣੀ ਸੀਗੀ ਜਾਂ ਇਸ ਕਰਕੇ ਸੀ ਕਿ ਉਹ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਸੀ ਕਮਰੇ ਲੈ ਕੇ ਕਿਰਾਏ 'ਤੇ, ਅਤੇ ਮੇਰੀ ਇੱਕ ਸ਼ੁਰੂ ਤੋਂ ਸੁਭਾਅ ਇਹ ਰਿਹਾ ਕਿ ਮੈਂ ਜੇ ਕੋਈ ਪਿੰਡ ਦੇ ਵਿੱਚ ਸਿਆਣਾ ਬੰਦਾ ਜਾਂ ਮਤਲਬ ਉਦੋਂ ਇਹੀ ਸੀਗਾ ਕਿ ਜਾਂ ਸਕੂਲ ਟੀਚਰ ਪਿੰਡ 'ਚ ਰਹਿੰਦੇ ਹੁੰਦੇ ਸੀ ਅਤੇ ਜਾਂ ਫਿਰ ਬੈਂਕ ਦੇ ਜਿਹੜੇ ਮੁਲਾਜ਼ਮ ਹੁੰਦੇ ਸੀ, ਅੱਗੇ ਪਿੰਡਾਂ ਦਾ ਹਿਸਾਬ ਇੱਦਾਂ ਦਾ ਸੀ, ਜਿਹੜੇ ਚਾਰ ਘਰ ਨੇ ਉਹ ਵੀ ਉਹਨਾਂ ਨੂੰ ਵੀ ਚਾਚੇ ਤਾਏ ਕਹਿੰਦੇ ਸੀ, ਚਾਚੇ ਤਾਏ। ਅੱਜ ਕੱਲ੍ਹ ਬੇਸ਼ੱਕ ਸ਼ਹਿਰਾਂ ਵਾਲਾ ਮਾਹੌਲ ਆ ਗਿਆ, ਲੋਕ ਰਿਸ਼ਤੇ ਭੁੱਲਦੇ ਜਾ ਰਹੇ ਨੇ, ਪਰ ਪੁਰਾਣਾ ਸਮਾਂ ਬੜਾ ਇਹ ਵੀ ਉਹ ਤਾਂ ਪਿੰਡ ਦਾ ਕਲਚਰ ਹੀ ਹੈ ਨਾ ਸ਼ੁਰੂ ਤੋਂ ਕਿਉਂ ਰਿਹਾ। ਅਤੇ ਮੈਂ ਉਹ ਜਿਹੜੇ ਸਰਦਾਰ ਕਰਮ ਸਿੰਘ ਸੀਗੇ, ਸਰਦਾਰ ਅਜੀਤ ਸਿੰਘ ਸੀਗੇ, ਉਹਨਾਂ ਨਾਲ ਮੇਰੀ ਕਾਫੀ ਸੀ ਬੈਂਕ ਦੇ ਵਿੱਚ, ਮਤਲਬ ਉਹ ਨੌਕਰੀ ਕਰਦੇ ਸੀਗੇ। ਉਹ ਮੈਨੂੰ ਕਹਿੰਦੇ ਯਾਰ ਵੀ ਤੂੰ 10ਵੀਂ ਤੋਂ ਬਾਅਦ ਜਦੋਂ ਪੇਪਰ ਦੇ ਤੇ ਜੀ ਅਤੇ ਰਿਜ਼ਲਟ ਆਉਣ ਤੱਕ ਕਾਫੀ ਟਾਈਮ ਹੋਊਗਾ ਜੀ, ਤੂੰ ਇੱਥੇ ਹੀ ਬੈਂਕ 'ਚ ਆ ਜਾਇਆ ਕਰ ਸਾਡੇ ਕੋਲ ਜੀ। ਉਹਨਾਂ ਨੇ ਮੈਨੂੰ ਬੈਂਕ ਦੇ ਵਿੱਚ ਦਫ਼ਤਰੀ ਦੇ ਰੂਪ ਦੇ ਵਿੱਚ ਕੰਮ ਉੱਥੇ ਦੇ ਤਾ, ਵੀ ਰਜਿਸਟਰ ਚੱਕਣੇ ਆ, ਉੱਧਰ ਰੱਖਣੇ ਆ, ਬਹੁਤ ਉਦੋਂ ਬਾਊਚਰਾਂ 'ਤੇ ਕੰਮ ਦਾ ਹੀ ਕੰਪਿਊਟਰ ਹੁੰਦੇ ਨਹੀਂ ਸੀਗੇ ਜੀ, ਮਤਲਬ ਕੈਸ਼ੀਅਰ ਤੋਂ ਰਜਿਸਟਰ ਚੱਕ ਕੇ ਉੱਧਰ ਰੱਖ ਦੇਣਾ, ਉੱਥੋਂ ਚੱਕ ਕੇ ਉਹ ਦੂਜੇ ਪਾਸੇ ਰੱਖ ਦੇਣਾ, ਮਤਲਬ ਇਹੋ ਜਿਹਾ ਕੰਮ ਬਹੁਤ ਜ਼ਿਆਦਾ ਉਦੋਂ ਹੁੰਦਾ ਸੀਗਾ ਬੈਂਕਾਂ ਦੇ ਵਿੱਚ ਪੇਪਰ ਵਰਕ ਜੀ। ਅਤੇ ਮੈਂ ਉਹ 2-3 ਢਾਈ ਕੁ ਮਹੀਨੇ ਮੈਨੂੰ ਲੱਗਦਾ ਉਹ ਮਤਲਬ ਕੀਤਾ ਕੰਮ, ਤਨਖਾਹ ਵੀ ਦਿੱਤੀ, ਮੇਰਾ ਔਨ ਰੋਲ ਸੀਗਾ ਜੀ। ਪਰ ਜਦੋਂ ਮੇਰਾ ਰਿਜ਼ਲਟ ਆਇਆ ਤਾਂ ਮੈਂ ਫਿਰ ਉਦੋਂ ਉਸ ਇਲਾਕੇ ਦੇ ਵਿੱਚ ਉਹ ਫਸਟ ਆਇਆ ਸੀਗਾ ਜੀ। ਫਿਰ ਮੈਨੂੰ ਬੈਂਕ ਮੈਨੇਜਰ ਸੀ ਜਿਹੜੇ ਸਰਦਾਰ ਹਰਬੰਸ ਸਿੰਘ ਮਾਨ, ਮੈਂ ਤਾਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਮੈਨੂੰ ਹੁਣ ਤੁਸੀਂ ਇੱਥੇ ਹੀ ਪੱਕਾ ਕਰ ਦਿਓ ਵੀ ਚਲੋ ਜੇ ਇਹ ਨੌਕਰੀ, ਕਿਉਂਕਿ ਆਰਥਿਕ ਲੋੜਾਂ ਵੀ ਹੁੰਦੀਆਂ ਘਰਾਂ ਦੀਆਂ, ਬਿਲਕੁਲ ਵੀ ਐਂ ਸੀਗਾ ਵੀ ਪੜ੍ਹਿਆ ਤਾਂ ਜਾਣਾ ਨੀਗਾ। ਫਿਰ ਪਰ ਮੈਨੂੰ ਉਹਨਾਂ ਨੇ ਬਹੁਤ ਸਮਝਾਇਆ, ਮੈਨੂੰ ਕਹਿੰਦੇ ਵੀ ਤੂੰ ਨਾ ਤੇਰੇ ਨੰਬਰ ਬਹੁਤ ਅੱਛੇ ਆ 10ਵੀਂ ਦੇ ਵਿੱਚੋਂ, ਅਤੇ ਤੂੰ ਕੋਈ ਨਾ ਕੋਈ ਚੰਗੀ ਪੜ੍ਹਾਈ ਕਰ ਲਾ, ਅਤੇ ਕੋਈ ਨਹੀਂ ਅਸੀਂ ਤੇਰੇ ਨਾਲ ਆ। ਫਿਰ ਉਹਨਾਂ ਨੇ ਮੈਨੂੰ ਜਿਹੜੀ ਉਹ 2.5 ਮਹੀਨਿਆਂ ਦੀ ਸੀਗੀ ਉਹ ਤਨਖਾਹ ਦੇ ਕੇ ਅਤੇ ਮੈਨੂੰ ਫਿਰ ਉੱਥੋਂ ਬੈਂਕ ਦੇ ਵਿੱਚੋਂ ਫਾਰ ਕਰਤਾ। ਫਿਰ ਮੈਂ ਜਾ ਕੇ ਸਾਡੇ ਪੱਤੋ ਹੀਰਾ ਸਿੰਘ ਨਾਲ ਹੀ ਸਕੂਲ ਹੈ, ਸੀਨੀਅਰ ਸੈਕੰਡਰੀ ਸਕੂਲ ਸੀਗਾ, ਉੱਥੇ ਮੈਂ ਜਾ ਕੇ ਦਾਖਲਾ ਲੈ ਕੇ ਅਤੇ ਮੈਂ ਪੜ੍ਹਾਈ ਸ਼ੁਰੂ ਕਰਤੀ ਅੱਗੇ। ਅਤੇ ਉਹਨਾਂ ਦਾ ਥਾਪੜਾ, ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਕਰਮ ਸਿੰਘ ਦਾ ਥਾਪੜਾ ਜੀ, ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਸੀ, ਮੇਰੀ ਕਿਤਾਬ ਦੇ ਵਿੱਚ ਵੀ ਆ, ਕਿ ਉਹ ਫਿਰ ਥਾਪੜਾ ਹੀ ਮੈਨੂੰ ਅੱਗੇ ਜਿਹੜਾ ਹੈਗਾ ਹੱਲਾਸ਼ੇਰੀ ਦਿੰਦਾ ਗਿਆ। ਅਤੇ ਮੈਂ ਫਿਰ BSc ਵੀ ਕਰ ਗਿਆ, MSc ਵੀ ਕਰ ਗਿਆ, PhD ਵੀ ਕਰ ਗਿਆ, ਅਤੇ ਹੁਣ ਮੈਂ ਇੱਥੇ ਇਸ ਵੇਲੇ ਮਤਲਬ ਨੌਕਰੀ ਕਰ ਰਿਹਾ। ਪਰਿਵਾਰਕ ਸਪੋਰਟ ਕਿੱਦਾਂ ਦੀ ਰਹੀ, ਪਰਿਵਾਰ ਨੇ ਹਮੇਸ਼ਾ? ਬਹੁਤ ਵਧੀਆ, ਬਹੁਤ ਵਧੀਆ। ਮੈਂ ਜੇ ਲਿਟਰੇਚਰ ਦੇ ਵਿੱਚ ਜਾਂ ਕਲਚਰ ਦੇ ਵਿੱਚ ਜੇ ਮੈਂ ਕੁਛ ਕਰਨ ਜੋਗਾ ਹੋਇਆ ਤਾਂ ਉਹਦੇ 'ਚ ਪਰਿਵਾਰ ਦੀ ਸਪੋਰਟ ਬਹੁਤ ਜ਼ਿਆਦਾ, ਨਹੀਂ ਤਾਂ ਘਰਦਿਆਂ ਨੂੰ ਇਹ ਸੀਗਾ, ਉਹ ਕਹਿੰਦੇ ਸੀ ਕੋਈ ਨਹੀਂ ਜਿਹੜਾ ਤੇਰਾ ਸ਼ੌਂਕ ਆ ਤੂੰ ਕਰ, ਜੋ ਤੇਰੇ ਚਾਹ ਤੂੰ ਪੂਰੇ ਕਰ, ਠੀਕ ਹੈ ਨਾ। ਡੈਡੀ ਮੇਰੇ ਜਾਂ ਮੰਮੀ ਪਾਪਾ ਸਾਰੇ ਘਰਦੇ ਵੱਲੋਂ ਵੀ ਮਤਲਬ ਪੂਰੀ ਸਪੋਰਟ ਸੀ ਰਹੀ ਆ। ਤੁਹਾਡੇ ਦਿਲ 'ਚ ਨਹੀਂ ਕਦੇ ਆਇਆ ਕਿ ਹੁਣ ਵਧੀਆ ਪੜ੍ਹ ਲਿਖ ਗਏ, ਡਾਕਟਰੇਟ ਕਰ ਲਈ ਹੈ, ਚਲੋ ਨੌਕਰੀ ਤਾਂ ਕਰ ਹੀ ਰਹੇ ਹੋ, ਵਧੀਆ ਤਰੀਕੇ ਨਾਲ ਇੱਥੇ ਸੇਵਾਵਾਂ ਦੇ ਰਹੇ ਹੋ, ਵੀ ਕਿਤੇ ਨਾ ਕਿਤੇ ਤੁਸੀਂ ਵੀ ਬਾਹਰ ਫੋਰਨ ਦੇ ਵਿੱਚ ਜਾ ਕੇ ਸੈਟਲ ਹੋ ਜਾਓ, ਹੁਣ ਕਦੇ ਇੱਦਾਂ ਦਾ ਦਿਲ ਦੇ ਵਿੱਚ ਆਉਂਦਾ? ਜਾਂ ਨਹੀਂ ਨਹੀਂ ਨਹੀਂ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਤਾਂ 2007 ਦੇ ਵਿੱਚ ਅਸੀਂ ਵਿਦ ਫੈਮਿਲੀ ਜੀ ਪਰਿਵਾਰ ਸਮੇਤ ਮੈਂ ਕੈਨੇਡਾ, ਇਮੀਗ੍ਰੇਸ਼ਨ ਮਿਲ ਗਈ ਸੀ ਮੈਨੂੰ ਜੀ, ਤੇ ਅਸੀਂ ਚਲੇ ਗਏ ਸੀਗੇ, ਪਰ ਜੀ ਨਹੀਂ ਲੱਗਿਆ ਉੱਥੇ, ਅਸੀਂ ਵਾਪਸ ਆ ਗਏ, ਪਿੰਡ ਨਹੀਂ ਛੱਡਿਆ ਜਾਂਦਾ ਔਰ ਜੋ ਪੰਜਾਬ ਦਾ ਮਾਹੌਲ ਆ ਉਹ ਨਹੀਂ ਛੱਡਿਆ ਜਾਂਦਾ, ਹਾਂ ਵਾਪਸ ਆ ਗਏ ਸੀ ਇੱਥੇ। ਹਾਂ ਜੋੜਾ ਸਾਹਿਬ, ਸਿਆਣੇ ਕਹਿੰਦੇ ਨੇ ਕਿ ਖੁਸ਼ ਇਖਲਾਕੀ ਜਿਹੜੀ ਹੁੰਦੀ ਆ ਉਹ ਇਬਾਦਤ ਹੁੰਦੀ ਆ, ਤੁਹਾਨੂੰ ਹਮੇਸ਼ਾ ਹੱਸਦੇ ਵੇਖਦੇ ਆ, ਉਸ ਦਾ ਕੀ ਰਾਜ਼ ਹੈ ਕਿ ਕਿਸ ਤਰ੍ਹਾਂ ਚਿਹਰੇ ਤੇ ਮੁਸਕਾਨ ਰਹਿੰਦੀ ਹੈ? ਕਿਉਂਕਿ ਅੱਜ ਕੱਲ ਲੋਕ ਤਾਂ ਕਹਿੰਦੇ ਨੇ ਲਾਈਫ ਬੜੀ ਸਟ੍ਰੈਸਫੁਲ ਹੋ ਗਈ ਆ, ਪਰ ਨਿਰਮਲ ਜੌੜਾ ਮੈਂ ਦੇਖਿਆ ਕਿ ਮੈਂ ਕਈ ਵਾਰ ਇੰਟਰਵਿਊਜ਼ ਤੁਹਾਡੇ ਨਾਲ ਕੀਤੀਆਂ ਨੇ, ਹਮੇਸ਼ਾ ਤੁਸੀਂ ਮੁਸਕਰਾਉਂਦੇ ਰਹਿੰਦੇ ਹੋ, ਔਰ ਕਈ ਵਾਰ ਜੇਕਰ ਕੋਈ ਕ੍ਰਿਟਿਸਿਜ਼ਮ ਵੀ ਕਰਦਾ ਤਾਂ ਤੁਸੀਂ ਉਹਦਾ ਵੀ ਜਵਾਬ ਹੱਸ ਕੇ ਦਿੰਦੇ ਹੋ, ਉਹਦਾ ਕੀ ਰਾਜ਼ ਹੈ ਉਹ ਵੀ ਦਰਸ਼ਕਾਂ ਨੂੰ ਦੱਸੋ। ਨਹੀਂ ਦੇਖੋ, ਇਹ ਇੱਥੇ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਨਾ, ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਕਹਿੰਦੀ ਫਾਸ ਸੱਜਣਾ, ਇੱਥੇ ਹੱਸਦੇ ਚਿਹਰੇ ਵਿਕਦੇ ਆ,
ਹੱਸਣ ਦੀ ਆਦਤ ਪਾ ਦੇਣਾ। ਜੇ ਤੁਸੀਂ ਖੁਦ ਨਹੀਂ ਹੱਸੋਗੇ ਤੁਹਾਡੇ ਨਾਲ ਹੀ ਕੋਈ ਹੱਸਦਾ ਨਹੀਂਗਾ। ਮਤਲਬ ਦੁਨੀਆ ਸਾਰੀ ਦੀ ਸਾਰੀ ਦੁਨੀਆ ਮੈਂ ਤਾਂ ਦੇਖਿਆ ਕਿ ਉਦਾਸ ਅੰਦਰੋਂ ਤਾਂ ਕਿਤੋਂ ਕਿਤੋਂ ਹੈਗੀ ਆ ਨਾ। ਜੇ ਤੁਸੀਂ ਕਿਸੇ ਨਾਲ ਹੱਸ ਲਓਗੇ ਤੁਹਾਡੇ ਨਾਲ ਹੱਸ ਪੈਂਦਾ ਬੰਦਾ, ਜੇ ਤੁਸੀਂ ਨਹੀਂ ਹੱਸੋਗੇ ਫਿਰ ਗਾਂਹ ਨਹੀਂ ਹੱਸਦਾ, ਫਿਰ ਤੁਹਾਡੀ ਵੀ ਉਦਾਸੀ ਦੁੱਗਣੀ ਹੋ ਜਾਂਦੀ ਆ, ਗਾਂਹ ਵਾਲੇ ਦੀ ਵੀ ਦੁੱਗਣੀ ਹੋ ਜਾਂਦੀ ਆ। ਅਤੇ ਹੱਸਣਾ ਇੱਕ ਇਹੋ ਜਿਹੀ ਚੀਜ਼ ਆ ਵੀ ਜਿਹਦਾ ਕੋਈ ਟੈਕਸ ਨਹੀਂ ਹਜੇ ਤੱਕ ਲੱਗਾ, ਹਜੇ ਤੱਕ ਕਿਸੇ ਹੱਸਦਿਆਂ ਦੇ ਘਰ ਵਾਸਤੇ ਅਜੇ ਤੱਕ ਇੱਥੇ GST ਜਾਂ ਕੋਈ ਟੈਕਸ ਕੋਈ ਲੱਗਿਆ ਨਹੀਂਗਾ। ਇਸ ਕਰਕੇ ਹੱਸਦੇ ਰਹਿਣਾ ਚਾਹੀਦਾ ਬੰਦੇ ਨੂੰ, ਕੋਈ ਐਡੀ ਗੱਲ ਬਿਲਕੁਲ, ਕਿਉਂਕਿ ਅੱਜ ਕੱਲ੍ਹ ਟੈਨਸ਼ਨਸ ਬਹੁਤ ਨੇ ਔਰ ਹਾਸੇ ਨਾਲ ਉਹਨਾਂ ਨੂੰ ਥੋੜ੍ਹਾ ਜਿਹਾ ਦੂਰ ਕਰਨਾ ਚਾਹੀਦਾ। ਹਾਂ ਬਿਲਕੁਲ। ਸੋ ਹੋਰ ਦੱਸੋ ਨਿਰਮਲ ਸਰ ਵੀ ਤੁਸੀਂ ਕਿੱਦਾਂ ਦੀ ਰਹੀ ਲਾਈਫ, ਕਾਲਜ ਲਾਈਫ ਕਿਵੇਂ ਸੀ, ਅੱਜ ਕੱਲ੍ਹ ਜਿਹੜਾ ਸਮਾਂ ਕਾਲਜ ਦੇ ਵਿੱਚ ਜਿੱਦਾਂ ਸਟੂਡੈਂਟਸ ਤੁਹਾਨੂੰ ਮਿਲਦੇ ਨੇ, ਜਦੋਂ ਤੁਸੀਂ ਸਟੂਡੈਂਟ ਸੀ ਕਿੰਨਾ ਕੁ ਫਰਕ ਆ ਗਿਆ ਵਾ? ਬਹੁਤ ਫਰਕ ਆ ਗਿਆ। ਮੈਂ ਤਾਂ MSc ਤੱਕ ਮੇਰੇ ਕੋਲ ਸਾਈਕਲ ਹੁੰਦਾ ਸੀ ਜੀ, ਠੀਕ ਹੈ ਨਾ। ਉਹ ਮਤਲਬ ਵਰਜਿਸ਼ ਵੀ ਹੁੰਦੀ ਸੀਗੀ ਤੁਹਾਡੀ, ਹੈ ਨਾ ਜੀ, ਮਤਲਬ ਸਰੀਰਕ ਤੌਰ 'ਤੇ ਵੀ, ਮਾਨਸਿਕ ਤੌਰ 'ਤੇ ਵੀ, ਅਤੇ ਸਸਤਾ ਵੀ ਸੀਗਾ। ਵੈਸੇ ਤਾਂ ਚਲੋ ਅਸੀਂ ਤਾਂ ਸਕੂਟਰ ਕਾਰਾਂ ਰੱਖਣ ਦੀ ਗੁਜਾਇਸ਼ ਹੀ ਕੋਈ ਨਹੀਂ ਸੀ ਉਦੋਂ। ਵੈਸੇ ਵੀ PAU ਦੇ ਵਿੱਚ ਵੀ ਕੋਈ ਐਡਾ ਰਿਵਾਜ਼ ਨਹੀਂ ਸੀਗਾ, ਮਤਲਬ ਕਿਸੇ ਕਿਸੇ ਮੁੰਡੇ ਕੋਲ ਸਕੂਟਰ ਹੁੰਦਾ ਹੋਊਗਾ, ਹੈ ਨਾ। ਅਤੇ ਇਸ ਕਰਕੇ ਸਾਈਕਲਾਂ ਦਾ ਰਿਵਾਜ਼ ਸੀਗਾ, ਜਾਂ ਜਿਹੜਾ ਖਾਣ ਪੀਣ ਸੀਗਾ ਉਹ ਵੀ ਬੜਾ ਮਤਲਬ ਕਿ ਤੰਦਰੁਸਤੀ ਵਾਲਾ ਸੀ, ਜਾਂ ਘਰੇਲੂ ਜਿਹਾ ਖਾਣਾ ਪੀਣਾ ਹੁੰਦਾ ਸੀਗਾ, ਅਤੇ ਕੰਟੀਨ 'ਤੇ ਵੱਧ ਤੋਂ ਵੱਧ ਚਾਹ ਹੁੰਦੀ ਸੀ। ਨਹੀਂ ਤਾਂ ਆਮ ਤੌਰ 'ਤੇ ਉਦੋਂ ਮਤਲਬ ਘਰਾਂ ਦੇ ਵਿੱਚੋਂ ਪਿੰਡੀਆਂ, ਗਜਰੇਲਾ, ਇਹੋ ਜਿਹਾ ਕੁਛ ਬਹੁਤ ਆਉਂਦਾ ਸੀ। ਇਹ ਜਿਹੜਾ ਰਿਵਾਜ਼ ਇਹ ਬਿਲਕੁਲ ਹਟ ਗਿਆ ਹੁਣ ਮੈਂ ਦੇਖਿਆ। ਮਤਲਬ ਮੰਨ ਲਓ ਜੇ ਅਸੀਂ ਹੋਸਟਲ 'ਚ ਵੀ ਰਹਿੰਦੇ ਸੀ ਤਾਂ ਅਚਾਰ ਵੀ ਪਿੰਡੋਂ ਲੈ ਆਉਂਦੇ ਜੀ, ਘਿਓ ਵੀ ਪਿੰਡੋਂ ਲੈ ਆਉਂਦੇ, ਹੈ ਨਾ, ਹੋਰ ਵੀ ਕਈ ਚੀਜ਼ਾਂ ਖਾਣ ਪੀਣ ਵਾਲੀਆਂ ਪਿੰਡੋਂ ਆ ਜਾਂਦੀਆਂ, ਅਤੇ ਅਸੀਂ ਉਹ ਵਧੀਆ ਤਰੀਕੇ ਨਾਲ ਖਾਂਦੇ ਸੀ, ਰਲ ਮਿਲ ਕੇ ਵੀ ਖਾ ਲੈਂਦੇ ਸੀ। ਪਰ ਅਸਲ ਦੇ ਵਿੱਚ ਜਦੋਂ ਦੇ ਇਹ ਖਾਣ ਪੀਣ ਦਾ ਮਾਹੌਲ ਬਦਲਿਆ, ਅਤੇ ਸਾਡੇ ਨੌਜਵਾਨਾਂ ਦੇ ਵੀ ਵੱਸ ਦੀ ਗੱਲ ਨਹੀਂ, ਕਿਉਂਕਿ ਉਹਨਾਂ ਨੂੰ ਹੁਣ ਬਹੁਤ ਕੁਛ ਉਪਲਬਧ ਹੋ ਗਿਆ। ਮੰਨ ਲਓ ਹੋਸਟਲ ਦੀ ਉਹਨਾਂ ਨੂੰ ਮਾੜੀ ਜਿਹੀ ਵੀ ਲੱਗੇ ਵੀ ਅੱਜ ਦਾਲ ਸਬਜ਼ੀ ਸਾਡੇ ਨਹੀਂ ਸਵਾਦ ਬਣੀ, ਹੈ ਨਾ, ਜਾਂ ਸਾਡੇ ਟੇਸਟ ਦੀ ਨਹੀਂ ਗੀ, ਜਾਂ ਮੈਨੂੰ ਪਸੰਦ ਨਹੀਂ ਕਰਦਾ, ਤਾਂ ਉਹ ਇੱਕ ਮਿੰਟ ਦੇ ਵਿੱਚ ਔਡਰ ਕਰ ਦਿੰਦੇ ਆ, ਸਵਿਗੀ 'ਤੇ ਔਡਰ ਕਰਤਾ, ਜ਼ੋਮੈਟੋ 'ਤੇ ਕਰਤਾ, ਹੈ ਨਾ। ਇਹ ਜਿਹੜਾ ਖਾਣ ਪੀਣ ਦਾ ਰੁਝਾਨ ਹੈ ਨਾ, ਮਤਲਬ ਜਿਹੋ ਜਿਹਾ ਤੇਰਾ ਅੰਨ ਪਾਣੀ, ਉਹੋ ਜਿਹਾ ਸਾਡਾ ਕੰਮ, ਜਾਣੀ ਉਹੋ ਜਿਹਾ ਬੰਦੇ ਦਾ ਜ਼ਹਿਨ ਹੋ ਜਾਂਦਾ, ਉਹ ਸਾਡੀ ਯੂਥ ਦੇ ਉੱਪਰ, ਉਹਨਾਂ ਦੀ ਸੋਚ ਦੇ ਉੱਪਰ ਵੀ ਅਸਰ ਪਾ ਰਿਹਾ। ਬਾਕੀ ਜ਼ਿੰਦਗੀ ਦੇ ਤਜਰਬੇ ਤੁਸੀਂ ਸਾਂਝੇ ਕਰ ਰਹੇ ਹੋ, ਪਰਮਾਤਮਾ ਨੇ ਤੁਹਾਨੂੰ ਹਰ ਜਗ੍ਹਾ ਥਾਪੜਾ ਦਿੱਤਾ ਹੈ ਜੀ, ਕਿਉਂਕਿ ਪਰਮਾਤਮਾ ਅੰਗ ਸੰਗ ਹੁੰਦਾ ਤਾਂ ਹੀ ਕਹਿੰਦੇ ਨੇ ਕਿ ਕਾਰਜ ਜਿਹੜੇ ਸਫਲੇ ਹੁੰਦੇ ਨੇ। ਪਰਮਾਤਮਾ ਦਾ ਸ਼ੁਕਰ ਕਰਦੇ ਹੋ, ਸੈਟਿਸਫਾਈ ਹੋ ਜਿੱਥੇ ਪਰਮਾਤਮਾ ਨੇ ਬਿਠਾਇਆ ਹੋਇਆ? ਪੂਰੀ ਤਰ੍ਹਾਂ, ਪੂਰੀ ਤਰ੍ਹਾਂ। ਮੈਂ ਆਪਣੀ ਲਾਈਫ ਨੂੰ ਮੈਂ ਸਮਝਦਾ ਕਿ ਬਹੁਤ ਇੰਜੋਏ ਕੀਤਾ ਜੀ। ਉਹਦੇ ਪਿੱਛੇ ਹੈ ਕਿ ਇਹ ਨਹੀਂ ਕਿ ਇੰਜੋਏ ਕਰਨ ਲਈ ਤੁਹਾਨੂੰ ਪੈਸਾ ਚਾਹੀਦਾ ਹੁੰਦਾ, ਜਾਂ ਇੰਜੋਏ ਕਰਨ ਲਈ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ। ਜਿਹੜਾ ਇੰਜੋਏ ਆ ਉਹ ਤੁਹਾਡੇ ਮਨ ਦੀ ਸੈਟਿਸਫੈਕਸ਼ਨ ਆ ਜੀ। ਮੈਂ ਗਰੀਬੀ ਵੀ ਦੇਖੀ ਆ, ਉਹਦਾ ਵੀ ਇੰਜੋਏ ਕੀਤਾ ਜੀ, ਠੀਕ ਹੈ। ਮੈਂ ਮਤਲਬ ਕਿ ਮਿਹਨਤ ਵੀ ਕੀਤੀ, ਉਹ ਵੀ ਇੰਜੋਏ ਕੀਤਾ। ਮੈਨੂੰ ਵਧੀਆ ਨੌਕਰੀਆਂ ਮਿਲੀਆਂ, ਮੈਂ ਉਹਨੂੰ ਵੀ ਇੰਜੋਏ ਕੀਤਾ। ਮਤਲਬ ਮੈਂ, ਮੇਰਾ ਪੈਸ਼ਨ ਸੀ ਕਿ ਮੈਂ ਮਤਲਬ ਕਿ ਕਲਚਰ ਪ੍ਰੋਗਰਾਮ ਕਰਨੇ, ਹੈ ਨਾ, ਲਿਟਰੇਰੀ ਪ੍ਰੋਗਰਾਮ ਕਰਨੇ, ਯੂਥ ਪ੍ਰੋਗਰਾਮ ਕਰਨੇ, ਅਤੇ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਉਹੀ ਮੇਰਾ ਪ੍ਰੋਫੈਸ਼ਨ ਬਣ ਗਿਆ ਜੀ। ਬਿਲਕੁਲ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੀ ਮਤਲਬ ਇਹੀ ਕੰਮ ਕਰ ਰਿਹਾ। ਇਸ ਤੋਂ ਵੱਡੀ ਸੈਟਿਸਫੈਕਸ਼ਨ ਤਾਂ ਨਹੀਂ ਹੁੰਦੀ ਬੰਦੇ ਨੂੰ। ਸੋ ਮੈਂ ਲਾਈਫ ਨੂੰ ਹਮੇਸ਼ਾ ਇੰਜੋਏ ਕੀਤਾ, ਔਰ ਇੱਕ ਵੀ ਸ਼ਿਕਵਾ ਨਹੀਂ ਮਤਲਬ ਮੇਰੇ ਮਨ ਦੇ ਵਿੱਚ ਕਿਸੇ ਕਿਸਮ ਦਾ ਰਿਹਾ। ਤੁਸੀਂ ਵਰਸਟਾਈਲ ਹੋ, ਜਿੱਦਾਂ ਸਟੂਡੈਂਟਸ ਦੇ ਲਈ ਤੁਸੀਂ ਪ੍ਰੋਫੈਸਰ ਹੋ, ਕਲਾਕਾਰਾਂ ਨਾਲ ਵੀ ਤੁਹਾਡਾ ਚੰਗਾ ਪ੍ਰੇਮ ਹੈ, ਉਹਨਾਂ ਦੇ ਤੁਸੀਂ ਮੰਚ ਸੰਚਾਲਕ ਰਹੇ ਹੋ ਜੀ, ਸਿਆਸਤਦਾਨਾਂ ਦੇ ਨਾਲ ਵੀ ਤੁਹਾਡਾ ਚੰਗਾ ਪਿਆਰ ਹੈ, ਔਰ ਪਿੱਛੇ ਜਿਹੜੀ ਮਾਨ ਸਾਹਿਬ ਨੇ ਡਿਬੇਟ ਕਰਾਈ ਸੀ ਉਹਦੇ ਵਿੱਚ ਵੀ ਤੁਹਾਡਾ ਕ੍ਰਿਟੀਸਿਜ਼ਮ ਹੋਇਆ ਸੀ, ਪਰ ਤੁਸੀਂ ਆਪਣੀ ਡਿਊਟੀ ਇੰਨੀ ਬਾਖੂਬੀ ਨਿਭਾਈ ਕਿ ਵਿਰੋਧੀਆਂ ਨੂੰ ਜਵਾਬ ਜਿਹੜਾ ਆਪਣੇ ਕਰਮ ਦੇ ਨਾਲ ਦੇ ਦਿੱਤਾ। ਨਹੀਂ, ਉਹ ਤਾਂ ਮੇਰੀ ਡਿਊਟੀ ਹੈ। ਕਿਵੇਂ ਵੇਖਦੇ ਹੋ ਉਸਨੂੰ? ਨਹੀਂ, ਮੈਂ ਸਮਝਦਾ ਕਿ ਉਹ ਮਿਹਰ ਆ, ਦਾਤੇ ਦੀ ਮਿਹਰ ਆ, ਕਿਰਪਾ ਵਾਹਿਗੁਰੂ ਦੀ, ਮਤਲਬ ਉਹਨੇ ਹਮੇਸ਼ਾ ਚੜ੍ਹਦੀ ਕਲਾ ਹੀ ਬਖਸ਼ੀ, ਹੈ ਨਾ। ਮੈਂ ਵਿਦਿਆਰਥੀ ਜੀਵਨ ਨੂੰ ਬਹੁਤ ਵਧੀਆ ਤਰੀਕੇ ਨਾਲ ਹੰਡਾਇਆ,
ਮਤਲਬ ਇੰਨੇ ਵਧੀਆ ਤਰੀਕੇ ਨਾਲ ਹੰਡਾਇਆ ਕਿ ਮੈਂ ਆਪਣੀ ਪੜ੍ਹਾਈ ਦੇ ਦੌਰਾਨ ਜਾਂ ਪੜ੍ਹਦਿਆਂ ਜੀ, ਮਤਲਬ ਮੈਨੂੰ ਨਹੀਂ ਲੱਗਦਾ ਕਿ ਮੇਰਾ ਕੋਈ ਸ਼ੌਕ ਇਹੋ ਜਿਹਾ ਹੋਊਗਾ ਜਿਹੜਾ ਮੈਂ ਪੂਰਾ ਨਾ ਕੀਤਾ ਹੋਵੇ ਜੀ, ਹੈ ਨਾ। ਮਤਲਬ ਮੈਂ ਹਰ ਤਰ੍ਹਾਂ ਇੰਜੋਏ ਕੀਤਾ, ਅਤੇ ਉਹ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਤੁਹਾਡੇ 'ਤੇ ਵਾਹਿਗੁਰੂ ਦੀ ਮਿਹਰ ਹੋਵੇ, ਤੁਹਾਨੂੰ ਸਾਥ ਹੋਵੇ ਜੀ, ਮਤਲਬ ਨਾਲ ਦੇ ਸਾਥੀਆਂ ਦਾ ਸਾਥ ਹੋਵੇ, ਅਧਿਆਪਕਾਂ ਦਾ ਸਾਥ ਹੋਵੇ, ਘਰਦਿਆਂ ਦਾ ਸਾਥ ਹੋਵੇ, ਇਹ ਸਾਰਾ ਦੋਸਤਾਂ ਮਿੱਤਰਾਂ ਦਾ ਸਾਥ ਹੋਵੇ, ਇਹ ਸਾਰਾ ਕੁਝ ਉਹਨਾਂ ਦੇ ਨਾਲ ਕਰਕੇ ਹੋਇਆ। ਦੋਸਤਾਂ ਮਿੱਤਰਾਂ ਦੀ ਗੱਲ ਕੀਤੀ, ਕੋਈ ਖਾਸ ਦੋਸਤ ਜਿਹੜਾ ਦਿਲ ਦੇ ਬਹੁਤ ਕਰੀਬ ਹੋਵੇ? ਚਲੋ ਨਹੀਂ, ਕਿਸੇ ਇੱਕ ਦਾ ਨਾਮ ਆਪਾਂ ਰਿਵੀਲ ਨਹੀਂ ਕਰ ਸਕਦੇ, ਨਹੀਂ ਕਹਿ ਸਕਦੇ ਕਿਉਂਕਿ ਬਾਕੀ ਦੂਜੇ ਨਾਰਾਜ਼ ਹੋ ਜਾਣਗੇ। ਇਹ ਹੁੰਦਾ ਨਾ, ਪਰ ਕੋਈ ਕਿੱਸਾ ਦੋਸਤੀ ਦਾ ਸੁਣਾ ਦਿਓ ਜਿਹੜਾ, ਕਿਉਂਕਿ ਜਿਹੜਾ ਵਕਫਾ ਰਿਹਾ ਤੁਹਾਡੇ। ਸਾਨੂੰ ਤਾਂ ਮੈਨੂੰ ਯਾਰ ਮੇਰੇ ਲੱਗਦੇ ਖੁਦਾ ਵਰਗੇ, ਕਿਸੇ ਅੱਲਾ ਫਕੀਰ ਦੀ ਦੁਆ ਵਰਗੇ ਹੀ ਆ ਸਾਰੇ। ਮਤਲਬ ਮਿਲਦੇ ਰਹਿੰਦੇ ਨੇ, ਮਿਲਦੇ ਰਹਿੰਦੇ ਸਟੂਡੈਂਟਸ ਜਿਹੜੇ ਨੇ ਜਾਂ ਕਾਲਜ ਵਾਲੇ, ਬਹੁਤ ਸਕੂਲ ਤੋਂ ਲੈ ਕੇ ਕਾਲਜ ਯੂਨੀਵਰਸਿਟੀ ਸਾਰੇ ਜਿਹੜੇ ਮੇਰੇ ਦੋਸਤ ਮੇਰੇ ਨਾਲ ਪੜ੍ਹੇ ਆ ਉਹ ਮੈਨੂੰ ਮਿਲਦੇ ਆ, ਬਹੁਤ ਚੰਗੀ ਤਰ੍ਹਾਂ ਮਿਲਦੇ ਆ, ਉਵੇਂ ਮਿਲਦੇ ਆ ਜਿਵੇਂ ਪਹਿਲਾਂ ਮਤਲਬ ਮਿਲਦੇ ਸੀ। ਕਿਸੇ ਨਾਲ ਕੋਈ ਨਾਰਾਜ਼ਗੀ ਵੀ, ਜਿਵੇਂ ਮਾਨ ਸਾਹਿਬ ਦਾ ਤੁਸੀਂ ਗੀਤ ਗਾਇਆ, ਮੈਨੂੰ ਯਾਰ ਮੇਰੇ ਜਾਪਦੇ, ਕਹਿੰਦੇ ਨੇ ਕਿ ਸਾਡੀ ਯਾਰੀ ਦੇ ਛੱਲੇ ਨਹੀਂ, ਕਿਸੇ ਨਾਲ ਸਾਡੀ ਯਾਰੀ ਦੇ ਛੱਲੇ ਦੇ ਨਿਮੇਚ ਨਾ ਆਏ, ਯਾਰ ਨਿਕਲੇ ਉਪਰੀ ਬਲਾ ਵਰਗੇ, ਕਈ ਵਾਰ ਹੋ ਜਾਂਦਾ। ਨਹੀਂ ਨਹੀਂ, ਉਪਰੀ ਬਲਾ ਤਾਂ ਟੱਕਰੀ ਨਹੀਂ ਕੋਈ ਜ਼ਿੰਦਗੀ ਦੇ ਵਿੱਚ, ਇਹੀ ਮੈਂ ਵਾਹਿਗੁਰੂ ਦਾ ਸ਼ੁਕਰ ਹੈ ਵੀ ਹਮੇਸ਼ਾ ਪੋਜ਼ਿਟਿਵ ਰਿਹਾ ਜ਼ਿੰਦਗੀ। ਉਪਰੀ ਬਲਾ ਦਾ ਤਾਂ ਮਤਲਬ ਮੈਨੂੰ ਕਦੇ ਪਰਛਾਵਾਂ ਵੀ ਨਹੀਂ ਮਿਲਿਆ ਜੀ। ਮਤਲਬ ਆ, ਪਰਮਾਤਮਾ ਦਾ ਇਹੀ ਸ਼ੁਕਰ ਹੈ ਕਿ ਹਰ ਜਗ੍ਹਾ ਤੁਹਾਡੇ ਨਾਲ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਜੁੜੀਆਂ ਰਹੀਆਂ। ਹੋਰ ਸੁਨੇਹਾ ਨੌਜਵਾਨਾਂ ਨੂੰ ਕੀ ਦੇਣਾ ਚਾਹੋਗੇ ਤੁਸੀਂ? ਕਿਉਂਕਿ ਇੱਕ ਜਿੱਦਾਂ ਮੈਂ ਸ਼ੁਰੂਆਤੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਇੱਕ ਆਮ ਸਧਾਰਨ ਘਰ ਤੋਂ ਸਫ਼ਰ ਸ਼ੁਰੂ ਕੀਤਾ, ਔਰ ਮਾਲਕ ਨੇ ਦੇਸ਼ ਦੀਆਂ ਲੀਡਿੰਗ ਯੂਨੀਵਰਸਿਟੀ ਦੇ ਵਿੱਚੋਂ ਇੱਕ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਜਿਸ ਵਿੱਚ ਤੁਹਾਨੂੰ ਇੱਕ ਵਧੀਆ ਅਹੁਦੇ 'ਤੇ ਬਿਠਾਇਆ ਔਰ ਤੁਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ। ਸੋ ਜਿਹੜੇ ਆਉਣ ਵਾਲੇ ਨੌਜਵਾਨ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਖਾਸ ਸੰਦੇਸ਼ ਕੀ ਹੈ ਜਿਹੜੇ ਬਾਹਰ ਜਾ ਰਹੇ ਨੇ, ਪੰਜਾਬ ਨੂੰ ਛੱਡ ਰਹੇ ਨੇ? ਕਿਉਂਕਿ ਖੇਤੀਬਾੜੀ ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ, ਬਿਲਕੁਲ, ਔਰ ਦੇਸ਼ ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ। ਇੱਥੋਂ ਨਵੇਂ ਕਿਸਾਨ ਨਿਕਲਣਗੇ, ਨਵੇਂ ਡਾਕਟਰ ਨਿਕਲਣਗੇ, ਸੋ ਤੁਹਾਡਾ ਸੁਨੇਹਾ ਕੀ ਹੈ ਨੌਜਵਾਨਾਂ ਨੂੰ ਕਿ ਕਿਸ ਤਰ੍ਹਾਂ ਪੰਜਾਬ ਦੀ ਬਿਹਤਰੀ ਲਈ ਅਸੀਂ ਅੱਗੇ ਆ ਸਕਦੇ ਹਾਂ? ਦੇਖੋ, ਇਹੀ ਆ ਕਿ ਇੱਕ ਤਾਂ ਬੰਦੇ ਨੂੰ ਆਪਣੀ ਧਰਤੀ ਦੇ ਨਾਲ ਜੀ, ਆਪਣੀ ਮਿੱਟੀ ਦੇ ਨਾਲ ਨਾ ਜੁੜਿਆ ਰਹਿਣਾ ਚਾਹੀਦਾ ਜੀ। ਮਤਲਬ ਆਪਦੀ ਭਾਸ਼ਾ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਜੀ। ਇਹ ਨਹੀਂ ਕਿ ਦੂਸਰੀਆਂ ਭਾਸ਼ਾਵਾਂ ਨੂੰ ਸਿੱਖੋ ਨਾ, ਦੂਜੀ ਭਾਸ਼ਾ ਨੂੰ ਸਿੱਖਣਾ ਤਾਂ ਬਹੁਤ ਜ਼ਰੂਰੀ ਆ, ਜ਼ਰੂਰੀ ਹੈ। ਜੇ ਅਸੀਂ ਆਪਣੇ ਰਾਜ ਤੋਂ ਬਾਹਰ ਜਾ ਕੇ ਜਾਂ ਆਪਣੇ ਦੇਸ਼ ਤੋਂ ਬਾਹਰ ਜਾ ਕੇ ਕਾਰੋਬਾਰ ਕਰਨਾ, ਨੌਕਰੀਆਂ ਕਰਨਾ, ਤਾਂ ਸਾਡੇ ਲਈ ਜ਼ਰੂਰੀ ਆ ਕਿ ਦੂਸਰੀਆਂ ਭਾਸ਼ਾਵਾਂ ਨੂੰ ਸਿੱਖੀਏ, ਭਾਵੇਂ ਅੰਗਰੇਜ਼ੀ ਹੋਵੇ ਜਾਂ ਉੱਥੋਂ ਦੀਆਂ ਹੋਰ ਭਾਸ਼ਾਵਾਂ ਹੋਣ, ਪਰ ਆਪਣੀ ਭਾਸ਼ਾ ਨੂੰ ਛੱਡ ਕੇ ਉਹਨਾਂ ਨੂੰ ਸਿੱਖਣਾ ਇਹ ਬੜਾ ਵੱਡਾ ਗੁਨਾਹ। ਅਤੇ ਵੈਸੇ ਵੀ ਸਿਆਣੇ ਕਹਿੰਦੇ ਆ ਜਾਂ ਸਾਡੇ ਭਾਸ਼ਾ ਵਿਗਿਆਨੀ ਕਹਿੰਦੇ ਆ ਕਿ ਜੇ ਜਿਹੜੇ ਬੰਦੇ ਨੂੰ ਆਪਣੀ ਮਾਂ ਬੋਲੀ ਨਹੀਂ ਆਉਂਦੀ ਜਾਂ ਨਹੀਂ ਸਿੱਖੀ, ਉਹ ਦੁਨੀਆ ਦੀ ਕੋਈ ਵੀ ਭਾਸ਼ਾ ਸਿੱਖ ਨਹੀਂ ਸਕਦਾ। ਬਿਲਕੁਲ, ਮਤਲਬ ਅਸੀਂ ਪੰਜਾਬੀ ਲੋਕ ਹਾਂ, ਮੰਨ ਲਓ ਸਾਡੀ ਮਾਂ ਬੋਲੀ ਪੰਜਾਬੀ ਆ, ਸਾਡੇ ਲਈ ਹੋਰ ਬੋਲੀਆਂ ਸਿੱਖਣ ਦੇ ਲਈ ਸਾਡੀ ਜਿਹੜੀ ਆਧਾਰ ਹੈ ਉਹ ਪੰਜਾਬੀ ਭਾਸ਼ਾ ਬਣੂ ਜੀ। ਜੇ ਅਸੀਂ ਪੰਜਾਬੀ ਸਹੀ ਬੋਲਦੇ ਹਾਂ ਤਾਂ ਅਸੀਂ ਦੂਜੀਆਂ ਭਾਸ਼ਾ ਵੀ ਸਹੀ ਬੋਲ ਸਕਦੇ ਹਾਂ। ਜੇ ਸਾਡਾ ਆਪਣੀ ਭਾਸ਼ਾ 'ਤੇ ਇੱਕ ਮਾਣ ਨਹੀਂ, ਅਸੀਂ ਆਪਣੀ ਭਾਸ਼ਾ 'ਚ ਸਹੀ ਨਹੀਂ ਬੋਲ ਸਕਦੇ ਤਾਂ ਫਿਰ ਦੂਜੀਆਂ ਭਾਸ਼ਾਵਾਂ ਵੀ ਸਿੱਖੀਆਂ ਨਹੀਂ ਜਾਂਦੀਆਂ। ਇਸ ਕਰਕੇ ਮੈਂ ਤਾਂ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਕਿ ਆਪਦੀ ਭਾਸ਼ਾ ਨੂੰ ਜ਼ਰੂਰ ਆਪਦੇ ਨਾਲ ਰੱਖੋ। ਬਿਲਕੁਲ ਠੀਕ ਹੈ ਨਾ, ਬੋਲੀ ਆਪਣੀ ਦੇ ਉੱਤੇ ਕੰਗ ਮਾਣ ਹੋਣਾ ਚਾਹੀਦਾ, ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਦੇਖਿਓ ਪੰਜਾਬੀ ਹੋ ਪੰਜਾਬੀ ਨਾ ਭੁਲਾ ਦਿਓ, ਜੇ ਪੰਜਾਬੀ ਭੁੱਲ ਗਏ ਤਾਂ ਬਹੁਤ ਔਖਾ ਹੋ ਜੂ ਸਾਡੇ ਲਈ ਜਿਉਣਾ। ਇਸ ਕਰਕੇ ਪੰਜਾਬੀ ਨੂੰ ਜਿਉਂਦਾ ਜਾਗਦਾ ਰੱਖਣਾ, ਸਾਡੇ ਬਹੁਤ ਸਾਰੇ ਅਖਬਾਰ ਹੈ, ਬਹੁਤ ਸਾਰੇ ਰਸਾਲੇ ਆ, ਚੈਨਲ ਹੈ, ਬਹੁਤ ਸਾਰੇ ਸਾਡੇ ਲੇਖਕ ਹੈ, ਬਹੁਤ ਸਾਰੀਆਂ ਕਿਤਾਬਾਂ ਉਹ ਲਿਖਦੇ ਆ, ਸੋ ਉਹਦੇ ਨਾਲ ਸਾਡੇ ਨੌਜਵਾਨ ਪੀੜ੍ਹੀ ਨੂੰ ਜੁੜ ਕੇ ਰਹਿਣਾ ਚਾਹੀਦਾ। ਦੂਜਾ ਆਪਣੀ ਧਰਤੀ ਨਾਲ ਜੁੜਨਾ, ਠੀਕ ਹੈ ਨਾ। ਸੰਤ ਰਵਿਦਾਸ ਜੀ ਕਹਿੰਦੇ ਆ ਕਿ ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ, ਘੱਟ ਮੰਡੀ ਵਿੱਚ ਮੁੱਲ ਪੈਂਦਾ ਪਹਿਣ ਦੇ, ਰਹਿਣ ਦੇ ਨਹੀਂ ਵਾਏ ਮੈਨੂੰ ਮੇਰੇ ਪਿੰਡ ਰਹਿਣ ਦੇ। ਪਿੰਡ ਦਾ ਮਤਲਬ ਕਿ ਅਸੀਂ ਆਪਣੀ ਮਿੱਟੀ ਦੇ ਨਾਲ, ਆਪਣੀ ਧਰਤੀ ਦੇ ਨਾਲ ਜੁੜ ਕੇ ਰਹੀਏ, ਅਤੇ ਦੁਨੀਆ ਦੇ ਉੱਤੇ ਮੁੱਲ ਤਾਂ
ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਇਸ ਗੱਲ ਦਾ ਵੀ ਜੇ ਥੋੜ੍ਹਾ ਬਹੁਤਾ ਘੱਟ ਵੀ ਪੈਜੂਗਾ, ਬੰਦਾ ਬੰਦੇ ਦੀ ਜਿਹੜੀ ਪਛਾਣ ਆ ਜਾਣ ਤੋਂ ਬਾਅਦ ਉਹਦੀ ਇਹੀ ਬਣਦੀ ਹੈ ਕੋਈ ਆਪਦੀ ਮਾਂ ਬੋਲੀ ਲਈ ਆਪਣੀ ਧਰਤੀ ਲਈ ਕੀ ਕਰਕੇ ਗਿਆ। ਇਸ ਕਰਕੇ ਵੱਡੇ ਸੁਪਨੇ ਲੈਣੇ ਚਾਹੀਦੇ ਆ, ਉਦਾਸ ਨਹੀਂ ਯਾਰ ਜ਼ਿੰਦਗੀ 'ਚ ਹੋਣਾ ਚਾਹੀਦਾ। ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ, ਕਈ ਵਾਰੀ ਸਾਡੇ ਨੌਜਵਾਨ ਜਿਹੜਾ ਡੋਲ ਜਾਂਦੇ ਆ ਵੀ ਨੌਕਰੀ ਨਹੀਂ ਮਿਲੀ ਜਾਂ ਪੈਸੇ ਦੀ ਘਾਟ ਹੈ ਜਾਂ ਆਰਥਿਕ ਕੋਈ ਪ੍ਰੋਬਲਮ ਹੈ, ਇਹੋ ਜਿਹੀਆਂ ਸਮੱਸਿਆਵਾਂ ਤਾਂ ਆਉਂਦੀਆਂ। ਤੁਸੀਂ ਸਾਡੇ ਬਜ਼ੁਰਗਾਂ ਦਾ ਇਤਿਹਾਸ ਪੜ੍ਹੋ, ਸਾਡੇ ਪੀਰਾਂ ਫਕੀਰਾਂ ਦੀਆਂ ਲਿਖਤਾਂ ਨੂੰ ਪੜ੍ਹੋ, ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨਾਂ ਨੂੰ ਪੜ੍ਹੋ ਕਿ ਕਿਵੇਂ ਉਹਨਾਂ ਨੇ ਸਾਨੂੰ ਡੋਲਣ ਤੋਂ ਬਚਾਇਆ, ਜਿੰਦਾ ਦਿਲੀ ਦੇ ਨਾਲ ਜਿਉਣਾ ਸਾਨੂੰ ਸਿਖਾਇਆ। ਇਸ ਕਰਕੇ ਕੋਈ ਐਡੀ ਗੱਲ ਨਹੀਂ, ਸੁਪਨੇ ਤਾਂ ਵੱਡੇ ਹੀ ਲੈਣੇ ਚਾਹੀਦੇ, ਹਰ ਸੁਪਨਾ ਬੰਦੇ ਦਾ ਪੂਰਾ ਹੁੰਦਾ। ਉਸਤਾਦ ਦਾਮਨ ਕਹਿੰਦਾ ਨਾ ਕਿ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ। ਬੰਦਾ ਰਾਂਝਾ ਤਖ਼ਤ ਹਜ਼ਾਰਿਓਂ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਵੇ। ਬਿਲਕੁਲ, ਉਹ ਕਹਿੰਦੇ ਨੇ ਕਿ ਤਪਦੇ ਹਿਰਦਿਆਂ ਦੇ ਲਈ ਮੈਂ ਸ਼ਾਇਰ ਬਣ ਗਿਆ ਹਾਂ, ਤੇਰੀ ਤੱਕਣੀ ਦਾ ਜਾਦੂ ਹੈ ਕਿ ਮੈਂ ਆਸ਼ਿਕ ਬਣ ਗਿਆ ਹਾਂ, ਕਦੇ ਫੇਰ ਹੀ ਨਾ ਤਸਬੀ ਰੱਬ ਦੇ ਨਾਮ ਵਾਲੀ ਸਾਈਂ ਮਿਲਿਆ, ਇਬਾਦਤ ਹੋਈ ਤੇ ਮੈਂ ਆਬਦ ਬਣ ਗਿਆ। ਕੋਸ਼ਿਸ਼ਾਂ ਮਿਹਨਤਾਂ ਨੂੰ ਫਲ ਜ਼ਰੂਰ ਮਾਲਕ ਲਾਉਂਦਾ। ਕੋਈ ਵੀ ਕੰਮ ਆ ਮਿਹਨਤ ਤੋਂ ਦੇ ਨਾਲ ਨਾ ਪੂਰਾ ਹੋ ਜਾਂਦਾ, ਮਤਲਬ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੁੰਦਾ। ਬਾਕੀ ਤੁਹਾਨੂੰ ਇਸ ਗੱਲ 'ਚ ਸਵਾਦ ਜ਼ਿਆਦਾ ਆਉਂਦਾ ਕਿ ਤੁਸੀਂ ਤੰਗੀਆਂ ਤਰੁਸ਼ੀਆਂ 'ਚੋਂ ਲੰਘ ਕੇ ਤਰੱਕੀ ਕਰੋ। ਜੇ ਤੁਸੀਂ ਬਹੁਤ ਸਾਰੀਆਂ ਸਹੂਲਤਾਂ ਨਾਲ ਹੀ ਤਰੱਕੀ ਕੀਤੀ ਆ, ਉਹ ਵੀ ਤੁਹਾਡੀ ਜ਼ਿੰਦਗੀ 'ਚ ਕੋਈ ਬਹੁਤਾ ਸੁੱਖ ਸਵਾਦ ਵਾਲੀ ਗੱਲ ਨਹੀਂ ਕਹੀ ਜਿਹੜੀ ਹੁੰਦੀ। ਤੁਹਾਨੂੰ ਸਾਹਸ ਉਦੋਂ ਹੁੰਦਾ ਜਦੋਂ ਤੁਸੀਂ ਮਤਲਬ ਕਿ ਇੱਕ ਤਰ੍ਹਾਂ ਦੇ ਕਿਸੇ ਬਹੁਤ ਸਾਰੇ ਸਖ਼ਤ ਸਮਿਆਂ ਦੇ ਵਿੱਚੋਂ ਲੰਘ ਕੇ, ਬਹੁਤ ਸਾਰੀਆਂ ਔਖੇ ਰਾਹਾਂ 'ਚੋਂ ਲੰਘ ਕੇ ਮੰਜ਼ਿਲ 'ਤੇ ਪਹੁੰਚਦੇ ਹਾਂ, ਫਿਰ ਉਸ ਮੰਜ਼ਿਲ ਦਾ ਵੀ ਸਵਾਦ ਆਉਂਦਾ ਬੰਦੇ ਨੂੰ, ਇਨਸਾਨ ਸਿੱਖਦਾ ਬਹੁਤ ਆ ਉਹਦੇ ਵਿੱਚੋਂ। ਸੋ ਇਸ ਕਰਕੇ ਇਹਨਾਂ ਮੰਜ਼ਿਲਾਂ ਤੋਂ, ਇਹਨਾਂ 'ਤੇ ਪਹੁੰਚਣ ਲਈ ਮਤਲਬ ਜਿਹੜੇ ਰਾਹ ਆ, ਇਹਨਾਂ ਤੋਂ ਕਦੇ ਘਬਰਾਓ ਨਾ ਯਾਰ, ਇਹ ਔਖੇ ਸੌਖੇ ਆਉਂਦੇ ਹੀ ਰਹਿਣੇ, ਕੋਈ ਐਡੀ ਗੱਲ ਨਹੀਂ। ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ। ਸੋ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਤੂੰ ਥੱਕ ਕੇ ਨਾ ਬੈਠ ਅਭੀ ਉਡਾਨ ਤੇਰੀ ਬਾਕੀ ਹੈ, ਤੂੰ ਥੱਕ ਕੇ ਨਾ ਬੈਠ ਅਭੀ ਉਡਾਨ ਤੇਰੀ ਬਾਕੀ ਹੈ, ਅਭੀ ਤੋਂ ਨਾਪੀ ਹੈ ਜ਼ਮੀਨ ਤੂਨੇ ਆਸਮਾਨ ਅਭੀ ਬਾਕੀ ਹੈ। ਨਿਰਮਲ ਜੌੜਾ ਜੀ ਦੇ ਨਾਲ ਇਹ ਕੁਝ ਖਾਸ ਪਲ ਦਰਸ਼ਕਾਂ ਦੇ ਰੂਬਰੂ ਕੀਤੇ। ਸੋ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿ ਉਸ ਤਰ੍ਹਾਂ ਦਾ ਉਹਨਾਂ ਦਾ ਸਫ਼ਰ ਰਿਹਾ, ਸਕੂਲੀ ਸਿੱਖਿਆ ਤੋਂ ਲੈ ਕੇ ਕਾਲਜ, ਔਰ ਇੱਕ ਆਮ ਸਧਾਰਨ ਪਰਿਵਾਰ ਤੋਂ ਪੜ੍ਹਾਈ ਦੇ ਨਾਲ ਨਾਲ ਬੈਂਕ ਦੀ ਨੌਕਰੀ ਕਰਦੇ ਹੋਏ ਅੱਜ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਕੋਸ਼ਿਸ਼, ਹਿੰਮਤ, ਕਹਿੰਦੇ ਨੇ ਕਿ ਹਿੰਮਤ ਏ ਮਰਦਾ ਮਦਦ ਏ ਖੁਦਾ, ਜੇਕਰ ਤੁਸੀਂ ਹਿੰਮਤ ਕਰਦੇ ਰਹੋਗੇ ਤਾਂ ਪਰਮਾਤਮਾ ਆਪ ਅੰਗ ਸੰਗ ਹੋ ਕੇ ਤੁਹਾਡੇ ਕਾਰਜ ਸਫਲੇ ਕਰਦਾ ਹੈ। ਸਤਿ ਸ਼੍ਰੀ ਅਕਾਲ।